ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਦਰਸ਼ਕੋ ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੇ ਪਾਰਟੀ ਚੋਣਾਂ ਬਹੁਤ ਵੱਡੇ ਭਾਰੀ ਫਰਕ ਨਾਲ ਜਿੱਤੀ ਹੈ ਇਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੀ ਉੱਘੇ ਅਕਾਲੀ ਲੀਡਰ ਹਨ ਅਤੇ ਤੁਹਾਡੇ ਹੁਣ ਰੂਬਰੂ ਕਰਾਉਣ ਜਾ ਰਹੇ ਮਨਜੀਤ ਸਿੰਘ ਜੀ ਕੇ ਪ੍ਰੈਜ਼ੀਡੈਂਟ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਨਿਊਜ਼ ਸ਼ੋਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अकाली दल की बहुत वड्डी जीत हुई है और जिहड़ियां जिहड़ियां गल्लां असीं अपने मैनीफेस्टो दे विच आने वाले समय दिल्ली एजुकेशन बहुत वड्डे चेंजेस लेके आ रहे हैं नंबर वन नंबर टू जेडे सिख अफोर्ड नहीं कर सकते एजुकेशन जी उन्हां वास्ते असीं बहुत स्कीमां चलाईयां ने जिवें अमृतधारी बच्चियां वास्ते असीं 100% ट्यूशन फी माफ कीती है जी जिन्हां दे फादर नहीं ने उन्हां वास्ते असीं 50% फी माफ कीती है जी जेडे 1984 दे रॉयट विक्टिम्स ने वो बच्चे भी क्योंकि उनकी जी पुष्ट आ गई है जी उन्होंने असी 100% फी कंसेशन दिता है। हां जी इसे तरीके ब्रदर सिस्टर फी कंसेशन दिता जिन्हें दो बच्चे पढ़ रहे हो हां जी एक दे विच एक नु मिलेगा जी इसे तरीके जेड़े स्पोर्ट्स विच एक्सीलेंस करदे हो जी नेशनल लेवल ते इंटरनेशनल लेवल ते उन्हां नु असी फी कंसेशन दिता है जी इसे तरीके नाल जेड़े बच्चे दे नंबर 75% ਤੋਂ ਉੱਤੇ ਆਉਂਦੇ ਹੋਣ ਉਹਨਾਂ ਨੂੰ ਅਸੀਂ ਫੀ ਕਨਸੈਸ਼ਨ ਦਿੱਤਾ ਜੀ ਸੈਕੰਡਲੀ ਅਸੀਂ ਨਵੇਂ 5 ਸਕੂਲ ਖੋਲਣ ਜਾ ਰਹੇ ਹਾਂ ਅਸੀਂ ਐਜੂਕੇਸ਼ਨ ਦੇ ਉੱਤੇ ਇੱਕ ਬਹੁਤ ਵੱਡਾ ਸਟੇਜ ਰੱਖਿਆ ਜੀ ਫਿਰ ਧਰਮ ਪ੍ਰਚਾਰ ਦੀ ਗੱਲ ਹੈ ਕਿ ਸਿੱਖੀ ਜਿਹੜੀ ਹੈ ਉਸ ਨੂੰ ਅਸੀਂ ਕਿੱਦਾਂ ਉਹਦਾ ਮੈਸੇਜ ਜੀ ਲੋਕਾਂ ਤੱਕ ਪਹੁੰਚਾ ਸਕੀਏ ਜੀ ਔਰ ਫਿਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਪੁਰਾਣੀ ਕਮੇਟੀ ਸੀ ਉਹ ਹਮੇਸ਼ਾ ਅਕਾਲ ਤਖਤ ਦੇ ਖਿਲਾਫ ਸਿੱਖਾਂ ਨੂੰ ਵੰਡਣ ਦੀ ਗੱਲ ਕਰਦੀ ਸੀ ਜੀ ਅਸੀਂ ਉਹ ਵਾਲਾ ਜਿਹੜਾ ਕੰਮ ਹੈ ਉਸ ਨੂੰ ਅਸੀਂ ਖਤਮ ਕੀਤਾ ਹੈ ਜੀ ਔਰ ਜੋ ਅਕਾਲ ਤਖਤ ਸਾਹਿਬ ਦੀਆਂ ਡੇਟਾਂ ਅਕਾਲ ਤਖਤ ਸਾਹਿਬ ਦੀਆਂ ਜਿਹੜੀਆਂ ਡੇਟਾਂ ਨੇ ਜਿਸ ਡੇਟ ਦੇ ਉੱਤੇ ਜਿਹੜਾ ਵੀ ਗੁਰਪੁਰਬ ਸੰਗਰਾਂਦ ਹੁੰਦੀ ਹੈ ਅਸੀਂ ਉਹ ਸਾਰੀਆਂ ਡੇਟਾਂ ਇੱਕ ਕੀਤੀਆਂ ਨੇ ਕਨਫਿਊਜ਼ਨ ਖਤਮ ਕਰ ਦਿੱਤਾ ਜੀ ਔਰ ਇਸ ਤੋਂ ਇਲਾਵਾ ਜਿਹੜੀਆਂ ਜਗ੍ਹਾ ਜ਼ਮੀਨਾਂ ਸਾਡੀਆਂ ਖੁਰਦ ਬੁਰਦ ਹੋਈਆਂ ਨੇ ਔਰ ਕਿਉਂਕਿ ਮੇਰੇ ਪਿਤਾ ਜੀ ਦਾ ਸੰਤੋਖ ਸਿੰਘ ਹੁਰੀ ਜੀ ਬਹੁਤ ਸਾਰੀਆਂ ਜਗ੍ਹਾ ਜ਼ਮੀਨਾਂ ਸਕੂਲ ਕਾਲਜਸ ਉਹਨਾਂ ਨੇ ਬਣਾਏ ਸੀ ਜੀ ਲੇਕਿਨ ਪਿਛਲੀ ਕਮੇਟੀ ਦੇ ਸਮੇਂ ਕਈ ਜ਼ਮੀਨਾਂ ਕੋਈ ਪ੍ਰਾਈਵੇਟ ਹੱਥਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਟਰੱਸਟ ਬਣਾ ਕੇ ਜੀ ਕੋਈ ਸਰਕਾਰ ਨੇ ਵਾਪਸ ਲੈਣ ਦੀ ਗੱਲ ਕੀਤੀ ਆ ਉਹ ਸਾਰੀਆਂ ਜਗ੍ਹਾ ਜ਼ਮੀਨਾਂ ਜਿਹੜੀਆਂ ਨੇ ਉਹ ਵਾਪਸ ਲਈਆਂ ਜਾਣਗੀਆਂ ਇਸ ਤੋਂ ਇਲਾਵਾ ਹੋਰ ਜਿਹੜੀ ਜਿਹੜੀ ਜਗ੍ਹਾ ਸਾਨੂੰ ਚਾਹੀਦੀ ਹੈ ਜੀ ਉਸ ਤੋਂ ਇਲਾਵਾ ਅਸੀਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣ ਦੀ ਜੀ ਗੱਲ ਕਰਦੇ ਹਾਂ ਜਿਹੜਾ ਹਿਸਟੋਰੀਕਲ ਕਦਮ ਹੋਊਗਾ ਹਾਂਜੀ ਇਹ ਕੁਝ ਗੱਲਾਂ ਨੇ ਇੰਪੋਰਟੈਂਟ ਜਿਨ੍ਹਾਂ ਦੇ ਉੱਤੇ ਆਪਾਂ ਧਿਆਨ ਦੇ ਰਹੇ ਹਾਂ ਔਰ ਇਹਨਾਂ ਤੋਂ ਇਲਾਵਾ ਹੋਰ ਬੜੇ ਇਸ਼ੂਜ਼ ਨੇ ਜਿਨ੍ਹਾਂ ਨੂੰ ਅਸੀਂ ਚੁੱਕਣ ਜਾ ਰਹੇ ਹਾਂ ਜੀ ਤੇ ਵਿੱਚ ਜਦੋਂ ਵੀ ਦਿੱਲੀ ਦਾ ਜ਼ਿਕਰ ਆਉਂਦਾ ਹੈ ਤਾਂ ਨਵੰਬਰ 84 ਦਾ ਸਿੱਖ ਨਸਲ ਕੁਸ਼ੀ ਸਾਹਮਣੇ ਆਉਂਦੀ ਹੈ ਸਾਰੇ ਸੜੇ ਹੋਏ ਗੁਰਦੁਆਰੇ ਸਾਹਮਣੇ ਆਉਂਦੇ ਹਨ ਹਜ਼ਾਰਾਂ ਬੇਗੁਨਾਹ ਲੋਕ ਸਾਹਮਣੇ ਆਉਂਦੇ ਹਨ ਜਿਹੜੇ ਮਾਰੇ ਗਏ ਸੀਗੇ ਤੇ ਵਿਧਵਾਵਾਂ ਅਤੇ ਛੋਟੇ ਯਤੀਮ ਬੱਚੇ ਸਾਹਮਣੇ ਆਉਂਦੇ ਹਨ ਤੁਸੀਂ ਇਹਨਾਂ ਰੁਲੀਆਂ ਹੋਈਆਂ ਫੈਮਿਲੀਜ਼ ਨੂੰ ਸੈਟਲ ਕਰਨ ਵਿੱਚ ਕੀ ਕਰ ਰਹੇ ਹੋ ਤੇ ਇਹਨਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਕੀ ਕਰ ਰਹੇ ਹੋ ਇਸ ਤਰ੍ਹਾਂ ਜੀ ਕਿ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਕਿ ਇਹਨਾਂ ਦੇ ਬੱਚਿਆਂ ਦੀ ਫੀਸ ਦੀ ਗੱਲ ਕੀਤੀ ਹੈ ਜੀ ਪਲੱਸ ਜਿਹੜੀਆਂ ਇਹਨਾਂ ਦੀ ਕੁੜੀਆਂ ਜਾਂ ਮੁੰਡੇ ਨੇ ਹਾਂਜੀ ਜਿਹੜੇ ਤਾਂ ਪੜ੍ਹੇ ਲਿਖੇ ਨੇ ਉਹਨਾਂ ਤੋਂ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ ਜੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਜੀ ਉਹਨਾਂ ਲਈ ਅਸੀਂ ਵੋਕੇਸ਼ਨਲ ਕੋਰਸਿਸ ਆਪਣੇ ਗੁਜ਼ਰ ਕਰ ਸਕਣ ਜਿਹੜੇ ਪੜ੍ਹਾਈ ਨਹੀਂ ਕਰ ਸਕੇ ਜੀ ਜਾਂ ਕੋਈ ਨਸ਼ਿਆਂ ਚਲੇ ਗਏ ਨੇ ਉਹਨਾਂ ਨੂੰ ਵਾਪਸ ਰੀਹੈਬਿਲੀਟੇਟ ਕਰਨ ਦੀ ਜੀ ਫੈਸਲੇ ਕੀਤੇ ਨੇ ਔਰ ਉਸ ਤੇ ਕੰਮ ਕਰਦੇ ਪਏ ਹਾਂ ਔਰ ਇਸੇ ਤਰੀਕੇ ਨਾਲ ਕੀ ਕਹਿੰਦੇ ਨੇ
ਅਸੀਂ ਉਹਨਾਂ ਦੇ ਇਲਾਕੇ ਜਿੱਥੇ ਉਹਨਾਂ ਦੀਆਂ ਕਾਲੋਨੀਆਂ ਵਸੀਆਂ ਹੋਈਆਂ ਨੇ ਜੀ, ਉਹਨਾਂ ਕਾਲੋਨੀਆਂ ਦੇ ਵਿੱਚ ਅਸੀਂ ਆਪਣਾ ਕਹਿੰਦੇ ਉਹਨਾਂ ਦੀ ਇੰਪਲੋਇਮੈਂਟ ਦੀ ਰੀਹੈਬਿਲੀਟੇਸ਼ਨ ਦੀ ਗੱਲ ਕੀਤੀ ਹੈ ਜੀ। ਸੋ ਇਹੋ ਜਿਹੇ ਫੈਸਲੇ ਅਸੀਂ ਲਏ ਨੇ। ਔਰ ਜਿੱਥੋਂ ਤੱਕ ਇਹਨਾਂ ਦੇ 84 ਦੇ ਕੇਸ ਨੇ, ਤੁਸੀਂ ਆਪ ਹੀ ਵੇਖ ਲਿਆ ਹੁਣ ਕਿ ਸੱਜਣ ਟਾਈਟਲਰ ਦੇ ਖਿਲਾਫ਼ ਜਿੰਨਾ ਵੱਡਾ ਜਹਾਜ਼ ਦਿੱਲੀ ਦੇ ਵਿੱਚ ਅਸੀਂ ਛੇੜਿਆ, ਤੇ ਉਹਨਾਂ ਵੱਡਾ ਜਹਾਜ਼ ਤਾਂ ਕਿਸੇ ਨੇ ਨੀ ਛੇੜਿਆ ਸੀਗਾ। ਔਰ ਜਿਵੇਂ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਮੁਕੱਦਮੇ ਕੈਂਸਲ ਕਰਨ ਦੀ, ਉਹਨਾਂ ਨੂੰ ਛੱਡਣ ਦੀ, ਉਹ ਸਾਰੀ ਗੱਲ ਅਸੀਂ ਐਸਾ ਹੈ ਕਿ ਦਿੱਲੀ ਜਹਾਜ਼ ਛੇੜਿਆ ਤੇ ਸਰਕਾਰ ਨੂੰ ਗੋਲੀਆਂ ਭਾਰ ਕਰ ਦਿੱਤਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਸਾਰ ਦੀ ਲੜਾਈ ਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਜਿਹੜੀ ਪਿਛਲੇ 10-12 ਸਾਲ ਕਦੀ ਜ਼ੁਬਾਨ ਨੀ ਖੋਲੀ, ਇਸ ਵੇਲੇ ਐਕਟਿਵਲੀ ਰੋਲ ਪਲੇਅ ਕਰ ਰਹੀ ਹੈ ਜੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ 29 ਸਾਲਾਂ ਤੋਂ ਸਾਨੂੰ ਇਨਸਾਫ਼ ਨਹੀਂ ਮਿਲਿਆ ਨਵੰਬਰ 84 ਸਿੱਖ ਨਸਲਕੁਸ਼ੀ ਤੇ ਹੁਣ ਇੱਕਦਮ ਜੋ ਬੀਬੀ ਨਰਪ੍ਰੀਤ ਕੌਰ ਨੇ ਇਹ ਜੋ ਫੈਸਲਾ ਹੈ ਉਸਦੇ ਖਿਲਾਫ਼ ਧਰਨਾ ਦਿੱਤਾ ਸੀ, ਭੁੱਖ ਹੜਤਾਲ ਕੀਤੀ 5 ਦਿਨ ਤੋਂ ਵੀ ਜ਼ਿਆਦਾ, ਪਰ ਇੱਕਦਮ ਆ ਕੇ ਅਕਾਲ ਤਖ਼ਤ ਦੇ ਜਥੇਦਾਰ ਜਾਂ ਫਿਰ ਬਾਦਲ ਸਰਕਾਰ ਨੇ ਉਹਨਾਂ ਨੂੰ ਜੂਸ ਪਿਲਾ ਦਿੱਤਾ ਧੱਕੇ ਦੇ ਨਾਲ, ਅਤੇ ਹੁਣ ਬੀਬੀ ਕਹਿ ਰਹੀ ਕਿ ਮੈਨੂੰ ਕੁਛ ਪਤਾ ਹੀ ਨਹੀਂ ਸੀਗਾ, ਮੈਨੂੰ ਧੱਕਾ ਹੋਇਆ, ਮੈਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਸੀ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਇਸ ਤਰ੍ਹਾਂ ਹੈਗਾ ਜੀ ਕਿ ਕਿਸੇ ਧੱਕੇ ਨਾਲ ਕੋਈ ਜੂਸ ਨਹੀਂ ਜੀ ਹੁੰਦਾ। ਗੱਲ ਇਹ ਹੈ ਕਿ ਜਿਸ ਤਰ੍ਹਾਂ ਅਕਾਲ ਤਖ਼ਤ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਜੀ। ਉਹਦਾ ਕਾਰਨ ਹੈ ਕਿ 6 ਦਿਨ ਹੋ ਗਏ ਸੀਗੇ, ਹਾਂਜੀ, 5ਵੇਂ ਦਿਨ ਉੱਥੇ ਜਿਹੜੇ ਸਰਕਾਰੀ ਡਾਕਟਰ ਆਏ ਜੀ, ਜਿਹੜੇ ਦਿੱਲੀ ਗੁਰਦੁਆਰਾ ਕਮੇਟੀ ਦੇ ਡਾਕਟਰਾਂ ਦੀ ਟੀਮ ਆਈ ਜੀ, ਜਿਹੜੀ ਟੀਮ ਆਈ ਕੇਜਰੀਵਾਲ ਦੀ ਜੀ, ਉਹਨਾਂ ਨੇ ਰਿਪੋਰਟ ਦਿੱਤੀ ਇਹਦੇ ਲਿਵਰ ਔਰ ਕਿਡਨੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਰਹੀ ਹੈ ਜੀ, ਇਹਨੂੰ ਇਮੀਡੀਏਟ ਹਸਪੀਟਲਾਈਜ਼ ਕਰਨਾ ਚਾਹੀਦਾ ਜੀ। ਤੇ 6ਵੇਂ ਦਿਨ ਜਦੋਂ ਜਸਰਾਜ ਜੀ ਆਏ ਆ, ਉਹਨਾਂ ਨੇ ਆ ਕੇ ਜਦੋਂ ਇਹ ਸਾਰੀ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਕਿ 14-15 ਸਾਲ ਦੀ ਸੀ ਜਦੋਂ ਇਹਦਾ ਫਾਦਰ ਮਾਰਿਆ ਗਿਆ ਜੀ, 29 ਸਾਲ ਤੋਂ ਲੜਦੀ ਪਈ ਹੈ ਔਰ ਅੱਜ ਵੀ ਅਗਰ ਇਹ ਭੁੱਖ ਹੜਤਾਲ ਤੇ ਬੈਠੀ ਹੈ ਤੇ ਗਲਤ ਹੈ। ਔਰ ਅਗਰ ਨਰਪ੍ਰੀਤ ਨੂੰ ਕੁਛ ਹੋ ਜਾਂਦਾ ਜੀ, ਸੱਜਣ ਕੁਮਾਰ ਤਾਂ ਵੈਸੇ ਛੁੱਟ ਜਾਊਗਾ। ਸੋ ਇਸ ਕਰਕੇ ਸੈਕਿੰਡਲੀ ਆ ਜਿਹੜੀ ਭੁੱਖ ਹੜਤਾਲ ਹੈ ਸਿਧਾਂਤਕ ਤੌਰ ਤੇ ਧਰਮ ਦੇ ਹਿਸਾਬ ਨਾਲ ਗਲਤ ਹੈ, ਤੇ ਉਹਨਾਂ ਨੇ ਕਿਹਾ ਕਿ ਇਸ ਭੁੱਖ ਹੜਤਾਲ ਖਤਮ ਕਰਨ ਦਾ ਮੈਂ ਆਦੇਸ਼ ਦਿੰਦਾ ਵਾ। ਔਰ ਮੈਂ ਸਮਝਦਾ ਬਿਲਕੁਲ ਠੀਕ ਫੈਸਲਾ ਕੀਤਾ ਔਰ ਉਹ ਲੜਾਈ ਲੜਨ ਵਾਸਤੇ ਦਿੱਲੀ ਕਮੇਟੀ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਆਰਡਰ ਕੀਤਾ ਹੈ ਕਿ ਤੁਸੀਂ SIT ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿੱਦਾਂ ਗੁਜਰਾਤ ਚ ਬਣੀ ਹੈ ਹਾਂਜੀ, ਉਦਾਂ ਬਣਾਉਣ ਵਾਸਤੇ ਕੋਰਟ ਦੇ ਵਿੱਚ ਮੂਵ ਕਰਨ ਦੀ ਆਦੇਸ਼ ਦਿੱਤੇ ਨੇ ਜੀ। ਮੈਂ ਤੁਹਾਨੂੰ ਪੁੱਛਦਾ ਕਿ ਬੀਬੀ ਨਰਪ੍ਰੀਤ ਨੂੰ ਭੁੱਖ ਹੜਤਾਲ ਤੇ ਬਹਿ ਕੇ ਜੇ ਉਹ ਦੁਨੀਆਂ ਛੱਡ ਜਾਵੇ ਆਪਣਾ ਮਸਲਾ ਹੱਲ ਹੋ ਜਾਊਗਾ ਜੀ? ਤੇ ਵੀਰ ਜੀ ਜਿਸ ਤਰ੍ਹਾਂ ਮਤਲਬ ਸਿਆਸਤ ਕੱਢਣਾ ਚਾਹੁੰਦੇ ਆ ਜੀ, ਇੱਥੇ ਲੋਕਾਂ ਨੇ ਆਪਣੀ ਆਪਣੀ ਨਿੱਕੀਆਂ ਨਿੱਕੀਆਂ ਦੁਕਾਨਾਂ ਬਣਾ ਕੇ ਹਾਂਜੀ, ਅੱਜ ਤੱਕ ਜਥੇਬੰਦਕ ਤੌਰ ਤੇ ਅਗਰ ਕੋਈ ਲੜਿਆ ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਜੀ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹਾ ਸੀ ਕਿ ਤੁਸੀਂ ਨਵੰਬਰ 84 ਦੇ ਸਿੱਖ ਕਤਲੇਆਮ ਦੇ ਜਸਟਿਸ ਲੈਣ ਲਈ ਪੂਰਾ ਸਟਰਗਲ ਕਰੋਗੇ, ਤੁਹਾਡੇ ਇਸ ਬਾਰੇ ਕੀ ਪਲਾਨਸ ਨੇ ਹੁਣ? ਅਸੀਂ ਤਾਂ ਸਟਰਗਲ ਕਰਦੇ ਪਏ ਹਾਂ ਪਿਛਲੇ ਦਿਨਾਂ 'ਚ ਵੀ, ਜਦੋਂ ਇਹਨਾਂ ਨੂੰ ਟਿਕਟਾਂ ਮਿਲੀਆਂ ਸੀ ਅੱਜ ਤੋਂ 5 ਸਾਲ ਪਹਿਲੇ, ਉਹ ਵੀ ਟਿਕਟਾਂ ਸ਼੍ਰੋਮਣੀ ਅਕਾਲੀ ਦਲ ਨੇ ਕਟਾਈਆਂ ਸੀਗੀਆਂ ਜੀ। ਔਰ ਹੁਣ ਅਸੀਂ 30 ਤਰੀਕ ਦੇ ਆਸ ਪਾਸ ਜਨਰਲ ਹਾਊਸ ਆਪਣਾ ਬੁਲਾ ਲਿਆ ਗੁਰਦੁਆਰਾ ਕਮੇਟੀ ਦਾ ਜੀ, ਉਹਦੇ 'ਚ ਅਸੀਂ ਇੱਕ ਹੋਰ ਫੈਸਲਾ ਕਰਨ ਜਾ ਰਹੇ ਹਾਂ ਕਿ ਪਾਰਲੀਮੈਂਟ ਦੇ ਸਾਹਮਣੇ ਤੇ ਕਾਬਗੰਜ ਸਾਹਿਬ ਗੁਰਦੁਆਰੇ 'ਚ ਅਸੀਂ 84 ਨਵੰਬਰ ਦੀ ਇੱਕ ਵੱਡੀ ਯਾਦਗਾਰ ਬਣਾਉਣ ਜਾ ਰਹੇ ਹਾਂ ਜੀ, ਜਿਹੜੀ ਪਿਛਲੇ ਸਾਲ ਅਸੀਂ ਪੰਜਾਬੀ ਬਾਗ ਬਣਾਉਣ ਲੱਗੇ ਸੀ, ਸਰਕਾਰ ਨੇ ਜੀ ਬੰਦ ਕਰ ਦਿੱਤੀ ਸੀ, ਬਣਾਉਣ ਨਹੀਂ ਦਿੱਤੀ ਸੀ ਜੀ। ਔਰ ਅੱਜ ਅਸੀਂ ਜਨਰਲ ਹਾਊਸ ਬੁਲਾ ਕੇ 15 ਤਰੀਕ ਨੂੰ ਫੈਸਲਾ ਕਰਾਂਗੇ ਔਰ ਅਗਲੇ ਮਹੀਨੇ ਉਹਦਾ ਨੀਂਹ ਪੱਥਰ ਰੱਖ ਦਿਆਂਗੇ, ਔਰ ਉਹ ਵੀ ਪਾਰਲੀਮੈਂਟ ਹਾਊਸ ਦੇ ਸਾਹਮਣੇ ਜੀ। ਤੇ ਜਿਸ ਤਰ੍ਹਾਂ ਤੁਸੀਂ ਜੀ ਜਿਸ ਤਰ੍ਹਾਂ ਤੁਸੀਂ ਯਾਦਗਾਰ ਦੀ ਗੱਲ, ਹੈਲੋ, ਇਹਦੇ ਵਿੱਚ ਸਰਕਾਰ ਨੂੰ ਕਾਫੀ ਤਕਲੀਫ਼ ਹੋਊਗੀ ਜੀ, ਕਿਉਂਕਿ ਉਹ 84 ਦਾ ਨਾਂ ਨੀ ਕਿਤੇ ਲੈਣਾ ਦੇਣਾ ਚਾਹੁੰਦੇ,
और असी पार्लियामेंट हाउस के सामने उसका उसे बनाने जा रहे हैं जी। तो जिस तरह से यादगार की गल की है, तुहाडे पिता जत्थेदार संतोख सिंह संत जरनैल सिंह खालसा भिंदरांवालिया के बहुत नेड़े सन। संत भिंदरांवालिया तुहाडे पिता जी के भोग समागम से भी दिल्ली पहुंचे सन। अज जिहड़े शहीदां दी यादगार विवादां दे घेरे विच है, इस बारे तुहाडा की राय है? देखो जिहड़ी यादगार गुरुद्वारे दे विच बनूगी जी, धर्म स्थान दे विच बनूगी, ओह यादगार नूं गुरु मर्यादा दे विच रहना चाहीदा जी। मैं भी संत भिंदरांवाले दी बहुत इज्जत करदा, पर बड़े नजदीकी संबंध रहे सी जी। लेकिन मैं समझदा गुरुद्वारिआं दे विच फोटोआं दा कोई कम नहीं। गुरुद्वारिआं दे विच वड्डी गल है कि उस परपज वास्ते यादगार बनाई गई है, और एक बहुत वड्डी गल है। और इत्थों दी सरकारां ने बड़ी कोशिश कीती उसनों भी रोकण दी, जिहड़ी असीं दिल्ली बनाउण जा रहे उसनों भी रोकण दी कोशिश करनगे, लेकिन असीं इहो जी कोई गल सुणन नूं तैयार नहीं हां। असीं बना के दिखावांगे जी। जिस तरह जानते कि हरिमंदर साहब के परिक्रमा में बाबा दीप सिंह जो शहीद से उन्हां दी भी यादगार बनी हुई, तो फिर इन्हां दी संत भिंदरांवाले दी यादगार क्यों नहीं बन सकती? इन्हां दे विच इन्नी कि प्रॉब्लम्स आ रही ने। ओ जिहड़ी यादगार बनी है ओ संत भिंदरांवाले दी जी, बाकी जिहड़े शहीद होए सारिआं दी यादगार बनी है जी। तुसीं इक दा नाम जदों लओगे बाकीआं नूं की कहोगे? होर जिहड़े नाल सस्त भाई अमरीत सिंह सीगे, हजारां दी तादाद दी संगत दी डेथ होई है, ये तां इशू ओह लोकी मना रहे ने जिन्हां ने कोई ना कोई विवाद खड़ा करना हुंदा। सब तों वड्डी गल है कि यादगार बण गई 84 दी दरबार साहिब दे विच, इह कोई छोटी गल है जी। पर जिस तरह से जानने कि पहला श्रोमणी कमेटी ने जो मता किया सी उन्होंने सिर्फ संत भिंदरांवालिआं दा नाम लिता सी, ते हुण प्रॉब्लम की ने? मैनूं हुण SGPC दा ते मैं जवाब नहीं दे सकदा कि इन्हां दी की आपस च मता या की उन्हां दी हुण सिरे नैगोशिएशन चल रही है। पर दिल्ली जिहड़ी असीं बनाउण जा रहे हां, दिल्ली दे विच किसी की कोई फोटो नहीं होएगी, उत्थे कोई किसी किस्म का कोई ऐसा काम नहीं होएगा, लेकिन एक ऐसी यादगार होएगी जिहड़ी मत्थे ते बनावांगे, और आने वाली दुनिया तक लोकी उत्थे आके अपनी श्रद्धा भेट करिया करेंगे जी। ते वी जी साडा वक्त समाप्ति वल जा रहा है, पर असीं चाहवांगे कि साडे पहली वार TV84 दे आए, जिस तरह TV84 नाम ही है कि असीं अपने सिखां नूं इंसाफ दिलवाना है। असीं चाहुंदे कि पूरी सिख कौम जो तुहानूं सुन रही है इस वेले वेख रही, तुसीं उहनां नूं सुनेहा अपने वल्लों जरूर दवो। मैं इक्को सुनेहा देना चाहुंदा कि जिहड़े लोकी विवाद खड़ा करन दी गल करदे, आपो च वंडियां पाउण दी गल करदे, इहनां तों सचेत रहो जी। कईआं ने इत्थे दुकानां खोलियां ने, उहनां ने अपनी आपणी दुकान खोल के उत्थों उहनां ने कई कुछ लैणा हुंदा, लेकिन कौम नूं कट्ठे हो के लड़ाई लड़नी पएगी, क्योंकि सरकार जिहड़ी है ओह इस आवाज नूं दबाना चाहुंदी है, असीं इस नूं दबण नहीं जा रहे जी। और असीं इह लड़ाई जारी रखांगे, लेकिन लड़ाई ताहीं किसे पासे लगेगी जदों सारी कौम इकट्ठी होऊगी जी। बिल्कुल। ते इस दे नाल ही मैं मनजीत सिंह जी तुहाडे कोल इजाजत लैनी है, टाइम टाइम नाल फिर नाल तुहानूं गलबात करांगे। तद तक लई सति श्री अकाल, वाहिगुरू जी का खालसा, वाहिगुरू जी की फतेह। वाहिगुरू जी की फतेह। व्यूअर्स, इत्थे वक्त हो गया एक छोटे जे ब्रेक दा, साडे नाल इसी तरह बने रहियो। कीप वाचिंग न्यूज़ TV84, दे नाल वी विल बी राइट बैक आफ्टर अ शॉर्ट ब्रेक।